Okay, sa sriga Uncle G, thank you to see the Imer now. Happy story the son and Punjabi Canadian Legacy Project Lee. Pehla question hai tha thada naam ki ya? Mera naam hai ga ji Ranjit Singh Jassi. Okay. Thada date of birth ki ya? 7th May 1946. Okay. Thada janm kithe hoya si? Mera janm India, Punjab, Tarlan, village Tarlan. Hanji. 1946. ਤੁਸੀਂ ਕਿੰਦਾ ਫੈਸਲਾ ਬਣਾਇਆ ਇੰਡੀਆ ਤੋਂ ਆਉਣ ਦੀ ਇੱਥੇ ਕੈਨੇਡਾ? ਇੰਡੀਆ ਤੋਂ ਪਹਿਲਾਂ ਲੋਕ ਜਦੋਂ ਇੰਡੀਆ 'ਚ ਰਹਿੰਦੇ ਹੁੰਦੇ ਮੋਸਟਲੀ ਜ਼ਿਆਦਾ ਇੰਗਲੈਂਡ ਨੂੰ ਜਾਂਦੇ ਹੁੰਦੇ ਸੀਗੇ. ਸੋ ਆਈ ਕੇਮ ਇਨ ਇੰਗਲੈਂਡ, ਦੈਨ ਆਫਟਰ ਉਹ ਤੋਂ ਬਾਅਦ ਫਿਰ ਮੈਂ ਜਿੱਦਾਂ 1974 ਮੈਂ ਇੰਗਲੈਂਡ ਤੋਂ ਕੈਨੇਡਾ ਆਇਆ ਐਜ਼ ਏ ਪਰਮਾਨੈਂਟ ਰੈਜੀਡੈਂਟ. ਓਕੇ. ਤੁਹਾਡੇ 'ਚ ਕੋਈ ਹੋਰ ਕੋਈ ਰਿਸ਼ਤੇਦਾਰ ਰਹਿੰਦੇ ਹੁੰਦੇ ਸੀ ਕੈਨੇਡਾ? ਜਦੋਂ ਮੈਂ ਕੈਨੇਡਾ 'ਚ ਆਇਆ ਉਦੋਂ ਮੇਰੇ ਤਿੰਨ ਭਰਾ ਕੈਨੇਡਾ 'ਚ ਰਹਿੰਦੇ ਸੀ. ਓਕੇ. ਤੁਹਾਡੇ ਦੋ ਛੋਟੇ ਸੀ ਜਾਂ? ਮੇਰੇ ਤੋਂ ਤਿੰਨੇ ਵੱਡੇ ਸੀ. ਓਕੇ. ਉਹ ਕਿੱਥੇ ਕੈਨੇਡਾ 'ਚ ਰਹਿੰਦੇ ਸੀ? ਪਹਿਲਾਂ ਉਹ ਗੋਲਡਨ ਰਹਿੰਦੇ ਸੀਗੇ. ਹਾਂਜੀ. ਪਰ ਜਦੋਂ ਮੈਂ ਆਇਆ ਉਸ ਵੇਲੇ ਉਹ ਵਰਨਨ BC ਵਿੱਚ ਮੂਵ ਹੋ ਗਏ ਸੀ. ਓਕੇ. ਜਦੋਂ ਤੁਸੀਂ ਆਏ ਪਹਿਲੀ ਵਾਰੀ ਕੈਨੇਡਾ ਨਾਲ, ਤੁਸੀਂ ਕਿਹੜੇ ਰਾਹ ਆਏ? ਜਦੋਂ ਮੈਂ ਕੈਨੇਡਾ 'ਚ ਆਇਆ ਪਹਿਲੀ ਵਾਰੀ ਮੈਂ ਇੰਗਲੈਂਡ ਤੋਂ ਆਇਆ ਐਜ਼ ਏ ਪਰਮਾਨੈਂਟ ਰੈਜੀਡੈਂਟ. ਮੈਂ ਆਇਆ ਪਹਿਲਾਂ ਟੋਰਾਂਟੋ. ਹਾਂਜੀ. ਟੋਰਾਂਟੋ ਤੋਂ ਬਾਅਦ ਕੈਲਗਰੀ. ਓਕੇ. ਜੋ ਤੁਸੀਂ ਟੋਰਾਂਟੋ ਤੁਹਾਡਾ ਪਲੇਨ ਰੁਕਿਆ, ਤੁਸੀਂ ਬਾਹਰ ਵੀ ਨਿਕਲੇ ਜਾ? ਨਹੀਂ, ਉਹ ਜਦੋਂ ਮੇਰਾ ਉੱਥੇ ਪਲੇਨ ਟੋਰਾਂਟੋ ਉਤਰਿਆ, ਹਾਂਜੀ, ਤੇ ਮੈਂ ਬਾਹਰ ਨਹੀਂ ਨਿਕਲਿਆ ਕਿਉਂਕਿ ਦੇ ਡਨ ਮਾਈ ਇਮੀਗ੍ਰੇਸ਼ਨ ਓਵਰ ਦੇਅਰ. ਹਾਂਜੀ. ਫਿਰ ਕੈਲਗਰੀ ਤੋਂ ਮੈਂ ਬਾਹਰ ਨਿਕਲਿਆ. ਓਕੇ. ਜੋ ਤੁਸੀਂ ਕੈਨੇਡਾ, ਕਿਹੜਾ ਮਹੀਨਾ ਸੀ ਉਹ? ਕੈਨੇਡਾ ਉਦੋਂ ਕ੍ਰਿਸਮਸ ਦਾ ਟਾਈਮ ਸੀ, ਦਸੰਬਰ 1974. ਓਕੇ. ਫਿਰ ਜੋ ਤੁਸੀਂ ਬਾਹਰ ਨਿਕਲੇ ਕੈਲਗਰੀ, ਤੇ ਤੁਹਾਨੂੰ ਕਿੰਦਾ ਕੈਨੇਡਾ ਲੱਗਾ? ਤੁਹਾਡਾ ਫਰਸਟ ਕੀ ਮੈਮੋਰੀ ਸੀ ਕੈਨੇਡਾ ਦੀ? ਤੁਹਾਨੂੰ ਕੀ ਚੇਤਾ ਉਸ ਦਿਨ ਦਾ? ਕੈਨੇਡਾ ਬਾਹਰ ਨਿਕਲਿਆ ਪਹਿਲੀ ਗੱਲ ਤਾਂ ਮੈਨੂੰ ਜ਼ਿਆਦਾ ਇਹ ਲੱਗਾ ਇਟ ਵਾਜ਼ ਰੀਅਲੀ ਕੋਲਡ, ਦੈਟ ਉਦੋਂ ਠੰਡ ਬਹੁਤ ਸੀਗੀ. ਹਾਂਜੀ. ਕੰਪੇਅਰਿੰਗ ਟੂ ਇੰਗਲੈਂਡ, ਇੰਗਲੈਂਡ ਵਿੱਚ ਵੀ ਠੰਡ ਹੁੰਦੀ ਪਰ ਇੰਨੀ ਨਹੀਂ ਹੁੰਦੀ. ਹਾਂਜੀ. ਸਨੋ ਪਈ ਸੀਗੀ, ਸੋ ਦੈਟ ਵਾਸ ਦਾ ਬਿਗ ਡਿਫਰੈਂਟ, ਇਟ ਵਾਸ ਕੋਲਡ. ਯਾ. ਓਕੇ. ਤੇ ਤੁਹਾਨੂੰ ਏਅਰਪੋਰਟ ਤੇ ਚੱਕਣ ਕੋਣ ਆਇਆ ਸੀ? ਮੇਰਾ ਬ੍ਰਦਰ ਮੇਰਾ ਲੈਣ ਆਇਆ ਸੀ. ਓਕੇ. ਤੇ ਤੁਹਾਨੂੰ ਗੱਡੀ ਦੇ ਵਿੱਚ ਫਿਰ ਗੋਲਡਨ ਨੂੰ ਲੈ ਕੇ ਚਲੇ ਗਏ? ਨਹੀਂ, ਉਦੋਂ ਫਿਰ ਮੈਂ ਉਦੋਂ ਮੇਰੇ ਬ੍ਰਦਰ ਵਰਨਨ ਮੂਵ ਹੋ ਗਿਆ ਸੀ. ਹਾਂਜੀ. ਉਹ ਤੋਂ ਫਿਰ ਉਹ ਵਰਨਨ ਅਸੀਂ ਚੱਲ ਗਏ, ਉਹ ਅਸੀਂ ਬੱਸ ਵਿੱਚ ਵਰਨਨ ਗਏ ਸੀ. ਓਕੇ. ਬੱਸ ਦੇ ਵਿੱਚ? ਯਾ. ਓਕੇ. ਓਕੇ. ਫਿਰ ਵਰਨਨ ਤੁਸੀਂ ਕਿੰਨੇ ਚਿਰ ਰਹੇ? ਵਰਨਨ ਮੈਂ ਰਿਹਾ ਦੋ ਕੁ ਮਹੀਨੇ ਰਿਹਾ. ਮੈਂ ਕਿਹਾ ਵੀ ਦੇਖ, ਆਈ ਵਾਂਟ ਟੂ ਸਟਾਰਟ ਦਾ ਜੋਬ, ਵੀ ਇੱਥੇ ਜਦ ਆਇਆ ਹੈਗਾ ਤੇ ਕੰਮ ਤਾਂ ਕਰਨਾ ਚਾਹੀਦਾ. ਫਿਰ ਮੇਰਾ ਬ੍ਰਦਰ ਕੰਮ ਕਰਦਾ ਸੀਗਾ ਰੇਲਵੇ ਵਿੱਚ, ਵੱਡਾ ਭਰਾ. ਹਾਂਜੀ. ਤੇ ਉਹ ਕਹਿੰਦਾ ਜੇ ਤੂੰ ਕੰਮ ਕਰਨਾ ਚਾਹੁੰਦਾ ਹੈ ਤੂੰ ਆ ਜਾ ਮੇਰੇ ਨਾਲ, ਪਰ ਇਟਸ ਵੈਰੀ ਕੋਲਡ. ਐਂਡ ਜਨਵਰੀ, ਯੂ ਨੋ, ਜਨਵਰੀ 1995 ਦੇ ਵਿੱਚ ਫਿਰ ਮੈਂ CPR ਦੇ ਵਿੱਚ, ਪਹਿਲੇ ਦਿਨ ਦੀ ਛੁੱਟੀ ਸੀ, 2nd January ਮੈਂ ਸ਼ੁਰੂ ਕਰ ਦਿੱਤਾ ਕੰਮ. ਓਕੇ. ਗੋਲਡਨ ਜਾ ਕੇ? ਗੋਲਡਨ ਇਟ. ਓਕੇ. ਉਹ ਇੱਥੇ ਉਦੋਂ ਗੈਂਗਾਂ ਹੁੰਦੀਆਂ ਸੀਗੀਆਂ, ਗੈਂਗ ਦੇ ਵਿੱਚ ਕੰਮ ਸ਼ੁਰੂ ਕੀਤਾ. ਉਹ ਗੈਂਗਾਂ ਮੂਵ ਹੁੰਦੀਆਂ ਸੀਗੀਆਂ. ਗੈਂਗਾਂ ਕੀ ਹੁੰਦੀਆਂ ਸੀ? CPR ਦੀ ਗੈਂਗ ਉਹਨੂੰ ਕਹਿੰਦੇ ਸੀਗੇ. ਉਹ ਜਿੱਦਾਂ ਐਡਵਿਨ ਮੇਅਰ ਤੋਂ ਲੈ ਕੇ ਗੋਲਡਨ, ਗੋਲਡਨ ਤੋਂ ਲੈ ਕੇ ਲੇਕ ਲੂਈਜ਼, ਲੇਕ ਲੂਈਜ਼ ਤੋਂ ਲੈ ਕੇ 7 Arm ਤੱਕ ਉਹ ਕਵਰ ਕਰਦੀਆਂ ਸੀ ਸਾਰਾ ਟਰੈਕ. ਗੈਂਗ ਦਾ ਬੱਚੇ ਉੱਥੇ ਹੁੰਦਾ ਸੀ, ਬੱਚੇ ਟ੍ਰੇਨ ਹੁੰਦੀ ਸੀ, ਉਹਦੇ ਬੱਚੇ ਰਹਿੰਦੇ ਹੁੰਦੇ ਸੀ ਬੱਚੇ. ਸੋ ਉਹਦੇ ਬੱਚੇ ਹੁੰਦਾ ਸੀ ਸਭ ਕੁਝ, ਖਾਣ ਦਾ ਵੀ ਸਭ ਕੁਝ. ਓਕੇ. ਸੋ ਇਨ ਅ ਗਰੁੱਪ ਹੁੰਦਾ ਸੀ, ਪਾਈਆਂ ਦਾ ਜਿਹੜੇ ਕੰਮ ਕਰਦੇ ਸੀ ਥਾਂ ਥਾਂ ਜਾ ਕੇ? ਜਾਏ. ਓਕੇ. ਟਰੈਕ ਤੇ ਹੀ ਕੰਮ ਕਰਦੇ ਸੀ. ਓਕੇ. ਜੇ ਤੁਹਾਡੇ ਪਹਿਲਾ 5 ਸਾਲ ਕੈਨੇਡਾ ਦੇ ਵਿੱਚ ਉਹ ਕਿੰਦਾ ਰਹੇ, ਤੁਸੀਂ ਦੱਸਦਾ ਸੀ ਕੰਮ ਕੀਤਾ, ਤੁਹਾਨੂੰ ਕੁਛ ਮੁਕਸ਼ ਡਿਫਿਕਲਟ ਲੱਗਾ ਜਾਂ ਈਜ਼ੀ ਸੀ? ਜਦੋਂ ਮੈਂ ਕੈਨੇਡਾ ਇੱਥੇ ਆਇਆ ਪਹਿਲਾਂ ਤਾਂ ਇੰਗਲੈਂਡ ਨਾਲੋਂ ਮੈਨੂੰ ਕਾਫੀ ਡਿਫਰੈਂਟ ਲੱਗਾ, ਕਿਉਂਕਿ ਜਿਹੜੇ ਇੰਗਲੈਂਡ 'ਚ ਮੈਂ ਲੰਡਨ ਰਹਿੰਦਾ ਸੀਗਾ, ਉੱਥੇ ਫੈਕਟਰੀਆਂ 'ਚ ਕੰਮ ਸੀ, ਈਜ਼ੀ ਕੰਮ ਸੀਗੇ. ਪਰ ਇੱਥੇ ਜਦੋਂ ਮੈਂ ਆਇਆ ਉਦੋਂ ਕੰਮ ਬਾਹਰ
CPR ਦਾ ਕੰਮ ਬਾਹਰਲਾ ਕੰਮ ਸੀਗਾ ਇਟ ਵਾਜ ਕੋਲਡ ਠੰਡ ਸੀਗੀ ਤੇ ਔਖਾ ਸੀਗਾ ਕੰਮ ਪਰ ਹੌਲੀ ਹੌਲੀ ਮੈਂ ਯੂਜ਼ਡ ਟੂ ਹੋ ਗਿਆ ਪੰਜਾਬੀ ਕਮਿਊਨਿਟੀ ਦੀ ਜ਼ਿੰਦਗੀ ਕਿੰਦਾ ਹੁੰਦੀ ਸੀ ਤੁਸੀਂ ਆਏ ਤੇ ਗੁਰਦੁਆਰਾ ਬਣ ਚੁੱਕਿਆ ਸੀ ਨਹੀਂ ਉਹਦਾ ਗੁਰਦੁਆਰਾ ਨਹੀਂ ਸੀ ਕਿਹੜੇ ਸਾਲ ਆਏ ਕੋ 74 ਦੇ ਗੁਰਦੁਆਰਾ 1980 ਵਿੱਚ ਬਣਿਆ ਓਕੇ 74 ਦੇ ਵਿੱਚ ਉਹਦਾ ਗੁਰਦੁਆਰਾ ਓਕੇ ਜਦੋਂ ਤੁਸੀਂ 74 ਦੇ ਵਿੱਚ ਗੁਰਦੁਆਰਾ ਇੱਥੇ ਹੈ ਨਹੀਂ ਸੀ ਉਦੋਂ ਜੋ ਪੰਜਾਬੀ ਕਮਿਊਨਿਟੀ ਦੇ ਵਿਆਹ ਹੁੰਦੇ ਸੀ ਸ਼ਾਦੀਆਂ ਜਾਂ ਫਿਊਨਰਲ ਜਿੰਦਾ ਕੁਛ ਉਹ ਕਿੱਥੇ ਜਾਂਦੇ ਹੁੰਦੇ ਸੀ ਕਰਨ ਫਿਊਨਰਲ ਨਾ ਤਾਂ ਮੈਂ ਕੋਈ ਪਹਿਲਾਂ ਇੰਨੇ ਅਟੈਂਡ ਨਹੀਂ ਪਾਏ ਫਿਊਨਰਲ ਜਿਹੜੇ ਹੁੰਦੇ ਸੀਗੇ ਉਹ ਲੈ ਕੇ ਜਾਂਦੇ ਹੁੰਦੇ ਸੀਗੇ ਜੋ ਪਹਿਲਾਂ ਮੇਰੇ ਤੋਂ ਪਹਿਲਾਂ ਜਿਹੜੇ ਸੀਗੇ ਉਹਦੇ ਬਾਰੇ ਮੈਨੂੰ ਇੰਨਾ ਨਹੀਂ ਪਤਾ ਜਿਹੜੀ ਬੀੜ ਹੁੰਦੀ ਸੀ ਉਹ ਯੂਜ ਕਰਨ ਤੋਂ ਬਾਅਦ ਉਹ ਫਿਰ ਵਾਪਸ ਇੱਥੇ ਨਹੀਂ ਸੀ ਰੱਖਦੇ ਉਹ ਫਿਰ ਵਾਪਸ ਲੈ ਜਾਂਦੇ ਸੀਗੇ ਜਿਹੜਾ ਪਾਠ ਇੱਥੇ ਕਰਦੇ ਸੀਗੇ ਉਦੋਂ ਪਾਠ ਜਿਹੜਾ ਹੁੰਦਾ ਸੀਗਾ ਜੇ ਕਿਸੇ ਨੇ ਕਰਾਉਣਾ ਹੈ ਖਾਲ ਹੁੰਦਾ ਸੀ ਲੋਗਾਂ ਵਾਲਾ ਹਾਲ ਉਹਨੂੰ ਕਹਿੰਦੇ ਹੁੰਦੇ ਸੀ ਉੱਥੇ ਵਿਆਹ ਕਰਦੇ ਹੁੰਦੇ ਸੀਗੇ ਉਹ ਤੋਂ ਬਾਅਦ ਫਿਰ ਉੱਥੇ ਹੀ ਕੀਰਤਨ ਹੁੰਦਾ ਸੀਗਾ ਤੇ ਜਦੋਂ ਉੱਥੇ ਕੋਈ ਜਿਹੜੇ ਪੰਜਾਬੀ ਜਾਂ ਇੰਡੀਅਨ ਇਵੈਂਟ ਹੁੰਦਾ ਵਿਸਾਖੀ ਹੋਵੇ ਦੀਵਾਲੀ ਹੋਵੇ ਉਹ ਕਮਿਊਨਿਟੀ ਉਹ ਇਵੈਂਟ ਕਰਦੀ ਹੁੰਦੀ ਸੀਗੀ ਉਹ ਟਾਈਮ ਦੇ ਜਿਹੜਾ ਉਹ ਟਾਈਮ ਸੀਗਾ ਉਦੋਂ ਇੰਨੀ ਨਹੀਂ ਸੀਗੀ ਕਿਉਂਕਿ ਉਦੋਂ ਹਰ ਇੱਕ ਬੰਦਾ ਆਪਣੇ ਕੰਮ ਦੇ ਵਿੱਚ ਜ਼ਿਆਦਾ ਸੀਗਾ ਕਮਿਊਨਿਟੀ ਉਦੋਂ ਆਪਣੀ ਘੱਟ ਸੀਗੀ ਤੇ ਉਦੋਂ ਇੰਨੇ ਇਨਵੋਲਵ ਨਹੀਂ ਸੀਗੇ ਉਹਦੇ ਲਈ ਫਿਰ ਦੂਜੇ ਟਾਊਨਾਂ 'ਚ ਜਾਣਾ ਪੈਂਦਾ ਸੀਗਾ ਜਿੱਦਾਂ ਪੰਜਾਬੀ ਗਰੋਸਰੀ ਸਟੋਰ ਹੁੰਦੇ ਸੀ ਜਾਂ ਕੱਪੜਿਆਂ ਦੇ ਸਟੋਰ ਮਿਠਾਈਆਂ ਦੀ ਦੁਕਾਨਾਂ ਇੱਥੇ ਕੋਈ ਮਠਿਆਈ ਦੀ ਦੁਕਾਨ ਆਪਣੀ ਨਹੀਂ ਸੀ ਉਹ ਤੋਂ ਬਾਅਦ ਗਰੋਸਰੀ ਸਟੋਰ ਇੱਥੇ ਸੀਗੇ ਰਾਈਟ ਗਰੋਸਰੀ ਤਾਂ ਜਿਹੜੀ ਆਪਣੀ ਗਰੋਸਰੀ ਸਟੋਰ ਉਹ ਨਹੀਂ ਸੀਗੀ ਪਹਿਲਾਂ ਲੋਕ ਜਿਹੜੇ ਸੀਗੇ ਉਹ ਵੈਨਕੂਵਰ ਤੋਂ ਲਿਆਉਂਦੇ ਹੁੰਦੇ ਸੀ ਬਾਅਦ ਦੇ ਵਿੱਚ ਫਿਰ ਕੈਲਗਰੀ ਤੋਂ ਲਿਆਉਣ ਲੱਗ ਪਏ ਕੈਲਗਰੀ ਆਪਣੀਆਂ ਸਟੋਰਾਂ ਖੁੱਲ੍ਹ ਗਈ ਇੱਥੇ ਪੰਜਾਬੀ ਕਮਿਊਨਿਟੀ ਹੁੰਦੀ ਸੀ ਜਦੋਂ ਵੀਕਐਂਡ ਹੁੰਦਾ ਸੀ ਜਾਂ ਛੁੱਟੀ ਉਹ ਕੀ ਕਰਦੇ ਹੁੰਦੇ ਸੀ ਜ਼ਿਆਦਾਤਰ ਕਿਉਂਕਿ ਮੈਂ 74 ਚ ਆਇਆ ਇੱਥੇ ਉਹ ਤੋਂ ਪਹਿਲਾਂ ਤਾਂ ਜਿੱਦਾਂ ਸਾਡੇ ਜਿਹੜੇ ਭੈਣ ਭਰਾ ਸੀਗੇ ਜ਼ਿਆਦਾ ਡੋਨਰ ਰਹਿੰਦੇ ਹੁੰਦੇ ਸੀਗੇ ਉਹ ਟਾਈਮ ਦੇ ਵਿੱਚ ਕਿਉਂਕਿ ਇੱਥੇ ਮਿਲ ਹੁੰਦੀ ਸੀਗੀ ਪਰ ਜਦੋਂ ਮੈਂ ਆਇਆ ਉਸ ਵੇਲੇ ਸਾਰੇ ਜਣੇ ਤਕਰੀਬਨ ਗੋਲਡਨ ਆ ਗਈਆਂ ਸੀ ਫੈਮਲੀਆਂ ਪਰ ਇੱਕ ਦੋ ਫੈਮਲੀਆਂ ਫਿਰ ਵੀ ਉੱਥੇ ਰਹਿੰਦੀਆਂ ਸੀਗੀਆਂ ਡੋਨਰ ਤੇ ਬੀਕਨ ਦੇ ਉੱਤੇ ਕੋਈ ਇੰਨਾ ਨਹੀਂ ਸੀਗਾ ਘਰ ਕਾਰਾਂ ਜਿੱਦਾਂ ਮੰਨ ਲਓ ਜੇ ਆਪਣੇ ਪ੍ਰੋਗਰਾਮ ਨਹੀਂ ਸੀਗੇ ਆਪਣੇ ਚੈਨਲ ਨਹੀਂ ਸੀਗੇ ਟੀ ਵੀ 'ਤੇ ਕੋਈ ਆਉਂਦੇ ਇੰਨਾ ਜਿੱਦਾਂ ਅਤੇ ਪਹਿਲਾਂ ਫਿਰ ਆਪਣੀਆਂ ਮੂਵੀਆਂ ਇੱਦਾਂ ਲਾਉਣ ਲੱਗ ਪਏ ਜਿੱਦਾਂ ਵੀਕਐਂਡ ਦੇ ਉੱਤੇ ਮੂਵੀਆਂ ਲਾਉਂਦੇ ਹੁੰਦੇ ਸੀਗੇ ਮੂਵੀਆਂ ਕਿੱਥੇ ਹੁੰਦੀਆਂ ਸੀ ਉਹ ਲੋਗਾਂ ਵਾਲਾ ਹਾਲ ਸੀਗਾ ਉੱਥੇ ਲਾਉਂਦੇ ਹੁੰਦੇ ਓਕੇ ਫਿਰ ਤੇ ਵੀਕਐਂਡ ਦੇ ਫਿਰ ਪੰਜਾਬੀ ਕਮਿਊਨਿਟੀ ਉੱਥੇ ਜਾ ਕੇ ਮੂਵੀਆਂ ਦੇਖ ਲੈਣੀਆਂ ਉਸ ਤੋਂ ਬਾਅਦ ਫਿਰ ਓਕੇ ਤੁਸੀਂ ਫਿਰ ਆ ਗਏ ਇੱਥੇ ਫਿਰ ਗੋਲਡਨ ਰਹੇ ਤੁਸੀਂ ਹੋਰ ਕੋਈ ਸ਼ਹਿਰਾਂ ਦੇ ਵਿੱਚ ਫਿਰੇ ਹਾਂਜੀ ਮੈਂ ਗੋਲਡਨ ਫਿਰ ਗੈਂਗ 'ਚ ਮੈਂ ਕੰਮ ਛੱਡ ਦਿੱਤਾ ਫਿਰ ਮੈਂ ਮਿਲ 'ਚ ਲੱਗ ਗਿਆ ਮਿਲ ਦੇ ਵਿੱਚ 1976 ਵਿੱਚ ਮੈਂ ਕੰਮ 'ਤੇ ਲੱਗ ਗਿਆ ਓਕੇ ਮਿਲ ਦੇ ਵਿੱਚ ਮੈਂ 2 ਸਾਲ ਕੰਮ ਕੀਤਾ ਓਕੇ ਕਿੱਥੇ ਸੀ ਉਹ ਮਿਲ ਡੋਨਰ ਮਿਲ ਓਕੇ ਡੋਨਰ ਮਿਲ ਐਵਨ ਫੋਰੈਸਟ ਪ੍ਰੋਡਕਟ ਉਹਦਾ ਨਾਮ ਸੀ ਓਕੇ
ਉੱਥੇ ਮੈਂ 2 ਸਾਲ ਕੰਮ ਕੀਤਾ। ਹਾਂਜੀ ਉਹ ਤੋਂ ਬਾਅਦ ਮੇਰੇ ਬ੍ਰਦਰ ਕਹਿਣ ਲੱਗੇ ਤੂੰ ਆ ਜਾ ਵਰਨਨ ਆ ਜਾ, ਇੱਥੇ ਸਾਰੀ ਫੈਮਿਲੀ ਰਹਿੰਦੀ ਆ। ਹਾਂਜੀ ਫਿਰ ਮੈਂ ਉਸ ਵੇਲੇ ਮੈਂ ਇੱਥੇ ਲੰਬਰ ਗ੍ਰੇਡਰ ਸੀਗਾ। ਹਾਂਜੀ ਅਤੇ ਉਹ ਮੇਰੇ ਕੋਲ ਟਿਕਟ ਸੀਗਾ ਅਤੇ ਮੈਂ ਉਹ ਟਿਕਟ ਦਿਖਾ ਕੇ ਉਹਨਾਂ ਨੇ ਮੈਨੂੰ ਕੰਮ ਦੇ ਦਿੱਤਾ। ਹਾਂਜੀ ਉੱਥੇ ਮੈਂ 1 ਸਾਲ ਰਿਹਾ ਵਰਨਨ। ਓਕੇ ਵਰਨਨ ਰਹਿਣ ਜਦੋਂ ਰਿਹਾ ਅਤੇ ਉਹ ਤੋਂ ਬਾਅਦ ਉੱਥੇ ਮੈਂ ਲੇਅ ਆਫ ਹੋ ਗਿਆ। ਫਿਰ ਮੈਨੂੰ ਇਹ ਕੰਪਨੀ ਕਹਿੰਦੀ ਜੇ ਤੂੰ ਕੰਮ ਕਰਨਾ ਚਾਹੁੰਦਾ ਇੱਥੇ ਮੁੜ ਕੇ ਆ ਜਾ। 1 ਸਾਲ ਬਾਅਦ ਫਿਰ ਮੈਂ ਇੱਥੇ ਮੁੜ ਕੇ ਆ ਗਿਆ। ਓਕੇ ਤੁਸੀਂ ਜਦੋਂ ਦੇ ਕੈਨੇਡਾ ਤੋਂ ਆਇਆ ਤੁਸੀਂ ਵਾਪਸ ਵੀ ਗਏ ਇੰਡੀਆ ਨੂੰ? ਹਾਂਜੀ ਮੈਂ 2 ਵਾਰੀ ਗਿਆ। ਓਕੇ ਜਦੋਂ ਤੁਸੀਂ ਪਹਿਲੀ ਵਾਰੀ ਗਏ ਇੱਥੇ ਇੱਥੇ ਕੈਨੇਡਾ ਨੂੰ ਆ ਗਏ ਕਿੰਨੇ ਸਾਲ ਹੋ ਗਏ ਸੀ? ਉਦੋਂ ਮੈਨੂੰ ਕੈਨੇਡਾ 'ਚ ਆਏ ਨੂੰ ਤਾਂ 1.5 ਸਾਲ ਹੀ ਹੋਇਆ ਸੀ। ਓਕੇ ਪਰ ਜਦੋਂ ਪਹਿਲਾਂ ਮੈਂ ਇੰਗਲੈਂਡ 'ਚ ਵੀ 5 ਸਾਲ ਰਹਿ ਚੁੱਕਾ ਸੀ। ਓਕੇ ਓਕੇ ਫਿਰ ਤੁਸੀਂ ਕਿੰਨੇ ਸਾਲਾਂ ਤੋਂ ਬਾਅਦ ਗਏ ਇੰਡੀਆ ਨੂੰ ਪਹਿਲੀ ਵਾਰੀ? ਇੰਡੀਆ ਨੂੰ ਮੈਂ 5 ਸਾਲਾਂ ਬਾਅਦ 6.5 ਸਾਲਾਂ ਬਾਅਦ ਗਿਆ। ਓਕੇ ਓਕੇ ਤੁਹਾਡੇ ਕੋਲ ਹੋਰ ਕੁਛ ਹੈਗਾ ਹੋਰ ਕੋਈ ਤੁਸੀਂ ਸਟੋਰੀ ਜਿਹੜੀ ਸਾਂਝੀ ਕਰਨਾ ਚਾਹੁੰਦੇ ਆ ਸਾਡੇ ਨਾਲ, ਜਿਹੜਾ ਸਾਨੂੰ ਦੱਸੂਗਾ ਕਿੱਦਾਂ ਦੀ ਪੰਜਾਬੀ ਕਮਿਊਨਿਟੀ ਇੱਥੇ ਹੁੰਦੀ ਸੀ ਜਾਂ ਕਿੱਦਾਂ ਦੀ ਮੁਸ਼ਕਲ ਜਾਂ ਪੰਜਾਬੀ ਨੇ ਜਦੋਂ ਪਹਿਲੇ ਟਾਈਮ ਸੀਗੇ ਸਟਰਗਲ ਕੀਤਾ ਇੱਥੇ ਕੈਨੇਡਾ ਆ ਗਏ? ਜਦੋਂ ਪਹਿਲੇ ਟਾਈਮ ਸੀਗੇ ਇੱਥੇ ਅਤੇ ਅੱਜ ਦੇ ਟਾਈਮ ਨਾਲ ਬਹੁਤ ਫਰਕ ਆ। ਅੱਜ ਜਿਹੜੇ ਹੈਗੇ ਆ ਐਵਰੀਬਾਡੀ ਵੈਲ ਸੈਟਲਡ, ਉਸ ਟਾਈਮ ਹਰ ਇੱਕ ਨਵਾਂ ਬੰਦਾ ਸੀਗਾ। ਉਹ ਤੋਂ ਬਾਅਦ ਵੈਸੇ ਤਾਂ ਸਾਰੇ ਉਸ ਟਾਈਮ ਜੰਗ ਸੀਗੇ, ਰਾਈਟ? ਉਹ ਤੋਂ ਬਾਅਦ ਫਿਰ ਹਰ ਇੱਕ ਨੇ ਫੈਮਲੀਆਂ ਆਪਣੀਆਂ ਮੰਗਾ ਲਈਆਂ, ਘਰ ਲੈ ਲਏ, ਉਹ ਤੋਂ ਬਾਅਦ ਬੱਚੇ ਫਿਰ ਸਕੂਲੇ ਜਾਣ ਲੱਗ ਪਏ। ਜਿਹੜਾ ਪਹਿਲਾ ਟਾਈਮ ਸੀਗਾ ਉਹ ਟਫ ਟਾਈਮ ਸੀਗਾ, ਪਰ ਅੱਜ ਜੋ ਟਾਈਮ ਹੈਗਾ ਬਹੁਤ ਫਰਕ ਹੈਗਾ। ਇੱਥੇ ਆਪਣੀ ਕਮਿਊਨਿਟੀ ਸੀ ਇੱਥੇ ਹੋਰ ਕੌਮਾਂ ਹੋ ਗਈਆਂ, ਗੋਰੇ ਹੋ ਗਏ, ਹੋਰ ਕੋਈ ਲੋਕ ਵੀ ਸੀ? ਹਾਂਜੀ ਜੀ ਇੱਥੇ ਆਪਣੇ ਗੋਰੇ ਸੀਗੇ, ਇਟਾਲੀਅਨ ਸੀਗੇ, ਪੁਰਤਗੇਜ਼ੀ ਵੀ ਸੀਗੇ, ਪੋਰਚੁਗੀਜ਼, ਪਰ ਸਾਰੇ ਜਦੋਂ ਪਹਿਲਾਂ ਸੀਗਾ ਗੋਰੇ ਇੱਦਾਂ ਸੋਚਦੇ ਸੀ ਪਤਾ ਨਹੀਂ ਬਈ ਕਿੱਦਾਂ ਦੇ ਨੈਸ਼ਨੈਲਿਟੀ ਜਾਂ ਕਿੱਦਾਂ ਦੇ ਹੈਗੇ ਆ, ਪਰ ਵਾਂਸ ਵੀ ਮਿਕਸ ਵਿਦ ਦੇਮ, ਫਿਰ ਦੇ ਵਾਜ਼ ਵੈਰੀ ਫਰੈਂਡਲੀ ਵਿਦ ਅਸ, ਪਰ ਸਟਾਰਟਿੰਗ ਵਿੱਚ। ਓਕੇ ਤੁਸੀਂ ਕਦੇ ਵੀ ਫੀਲ ਕੀਤਾ ਉਹ ਤੁਹਾਨੂੰ ਡਿਫਰੈਂਟਲੀ ਟ੍ਰੀਟ ਕਰਦੇ ਆ ਬਿਕਾਜ਼ ਤੁਸੀਂ ਪੰਜਾਬੀ ਆ? ਟ੍ਰੀਟ ਦਾ ਮਤਲਬ ਇਹ ਆ, ਕਈ ਗੱਲਾਂ ਸਾਡੇ ਬੰਦਿਆਂ 'ਚ ਵੀ ਗਲਤੀਆਂ ਹੈਗੀਆਂ ਸੀਗੀਆਂ, ਕਈ ਸਾਡੇ ਬੰਦਿਆਂ ਦੀ ਇਹ ਗਲਤੀ ਸੀਗੀ ਸਾਡੇ ਬੰਦੇ ਮਿਕਸ ਨਹੀਂ ਸੀ ਹੁੰਦੇ, ਆਪਣੀ ਲੈਂਗੁਏਜ ਹੀ ਬੋਲਦੇ ਸੀ, ਉਹਨਾਂ ਨੂੰ ਕਹਿਣਾ ਦੇਖੋ ਬਈ ਤੁਸੀਂ ਜਦੋਂ ਥੋੜ੍ਹੀ ਬਹੁਤੀ ਅੰਗਰੇਜ਼ੀ ਲਰਨ ਕਰੋ, ਪਰ ਨਹੀਂ ਸੀ ਕਰਦੇ, ਉਹ ਟਰਾਈ ਇਹ ਕਰਦੇ ਸੀਗੇ। ਪਰ ਮੁਸ਼ਕਲਾਂ ਤਾਂ ਆਉਣੀਆਂ ਹੀ ਹੈਗੀਆਂ, ਪਰ ਜਦੋਂ ਤੁਸੀਂ ਇਹਨਾਂ ਨਾਲ ਮਿਕਸ ਅਪ ਹੋ ਜਾਂਦੇ ਆ ਫਿਰ ਇੰਨੀਆਂ ਪ੍ਰੋਬਲਮਾਂ ਨਹੀਂ ਆਉਣੀਆਂ ਹੈਗੀਆਂ। ਹਾਂਜੀ ਜੋ ਹੁਣ ਇੱਥੇ ਥੋੜ੍ਹੀਆਂ ਕਾਫੀ ਹੋ ਗਈ ਆ ਪੰਜਾਬੀ ਕਮਿਊਨਿਟੀ ਆ ਪੰਜਾਬੀ ਲੋਕ, ਅਦੋ ਇੱਥੇ ਉੱਥੇ ਉਸ ਟਾਈਮ ਕਿੰਨੀਆਂ ਇੱਥੇ ਗੋਲਡਨ ਦੇ ਵਿੱਚ ਆਪਣੀਆਂ ਫੈਮਲੀਆਂ ਹੋ ਗਈ ਆ? ਉਹ ਟਾਈਮ ਜਿਹੜਾ ਗੋਲਡਨ ਦਾ ਸੀਗਾ ਉਦੋਂ ਉੱਥੇ ਬਹੁਤ ਫੈਮਲੀ ਸੀ, ਆਈ ਐਮ ਟਾਕਿੰਗ ਜਦੋਂ ਗੁਰਦੁਆਰਾ ਬਣਾਇਆ ਉਹ ਟਾਈਮ 150 ਫੈਮਲੀ ਤੋਂ ਵੀ ਜ਼ਿਆਦਾ ਫੈਮਲੀਆਂ ਸੀਗੀਆਂ ਉਹ ਟਾਈਮ ਦੇ ਵਿੱਚ। ਓਕੇ ਉਦੋਂ ਕਾਫੀ ਫੈਮਲੀਆਂ ਸੀ। ਓਕੇ ਕੁਦਰਤੀ ਹੈਗਾ, ਜਨਮ ਭੂਮੀ ਕੋਈ ਨੀ ਭੁੱਲਦਾ, ਪਰ ਇਹ ਤਾਂ ਨਹੀਂ ਜਦੋਂ ਫਿਰ ਬਾਅਦ ਦੇ ਵਿੱਚ ਬੱਚੇ ਹੋ ਗਏ ਸਕੂਲੇ ਜਾਣ ਲੱਗ ਪਏ, ਜਿਹੜੀ ਤੁਹਾਡਾ ਲਾਈਫ ਸਟਾਈਲ ਹੈ ਹੌਲੀ ਹੌਲੀ ਜਿਹੜਾ ਤੁਹਾਡਾ ਪਿਆਰ ਹੈਗਾ ਫਿਰ ਉਹ ਚੇਂਜ ਹੋ ਗਿਆ। ਉਹ ਤੋਂ ਬਾਅਦ ਹੁਣ ਤਾਂ ਇੱਦਾਂ ਹੋ ਗਿਆ ਵੀ ਫੀਲ ਲਾਈਕ ਕੈਨੇਡੀਅਨ। ਹਾਂਜੀ ਤੁਸੀਂ ਆਪਣੇ ਆਪ ਨੂੰ ਜੇ ਕੋਈ ਜਾਣਾ ਤੁਹਾਨੂੰ ਪੁੱਛਦਾ ਤੁਸੀਂ ਕੀ ਆ, ਤੁਸੀਂ ਕੀ ਕਹਿੰਦੇ ਆ, ਤੁਸੀਂ ਕੈਨੇਡੀਅਨ ਹੋ ਜਾਂ? ਨੋ ਆਈ ਸੇ ਆਈ ਐਮ ਕੈਨੇਡੀਅਨ ਬਿਕਾਜ਼
because everybody come for good living over here. Doesn't matter, white people bhi the aaye hai ge, oh bhi good, oh bhi ta bare hi aaye ha, par end of the day we are Canadian. Hanji. Jiri ha Aboriginal First Nations loki hunde ha, tusi ohna nu kadi vi the mile? No, can you repeat me? The First Nations, the Aboriginal loki hunde, the native loki ethe the, tusi ਸਾਡੇ ਨਾਲ ਜਿੱਦਾਂ ਡੋਨਲ ਇੱਕ ਦੋ ਕੰਮ ਕਰਦੇ ਸੀਗੇ ਪਰ ਓਦਾਂ ਇੱਥੇ ਸਾਡੇ ਟਾਊਨ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈਗੇ ਸੋ ਉਹਨਾਂ ਦੇ ਨਾਲ ਸਾਡਾ ਕੋਈ ਜ਼ਿਆਦਾ ਨਹੀਂ ਹੈਗਾ ਕਿਉਂਕਿ ਇੱਥੇ ਗੋਲਡਨ ਦੇ ਵਿੱਚ ਇੰਨੇ ਜ਼ਿਆਦਾ ਨਹੀਂ ਸੀਗੇ ਅਸੀਂ ਗੱਲ ਕਰਦੇ ਸੀ ਕਿਹੜੀਆਂ ਥਾਂ ਖਾਸ ਹੈਗੀ ਆ ਪੰਜਾਬੀ ਕਮਿਊਨਿਟੀ ਲਈ ਇਹਦਾ ਡੋਨਲ ਮਿਲ ਹੁੰਦੀ ਸੀ ਪੁਰਾਣੇ ਗੁਰਦੁਆਰੇ ਦੀ ਸਾਈਟ ਵਾ ਤੁਸੀਂ ਮੂਵੀ ਥੀਏਟਰ ਆਹ ਮੈਂਸ਼ਨ ਕੀਤਾ ਉੱਥੇ ਪੰਜਾਬੀ ਕਮਿਊਨਿਟੀ ਇਕੱਠੀ ਹੁੰਦੀ ਸੀ ਗੁਰਦੁਆਰਾ ਹੋਰ ਕੋਈ ਖਾਸ ਥਾਂ ਹੈਗੀ ਆ ਪੰਜਾਬੀਆਂ ਲਈ ਇੱਥੇ ਗੋਲਡਨ ਦੇ ਵਿੱਚ ਜਿਹੜਾ ਪੁਰਾਣੇ ਟਾਈਮ 'ਚ ਫਿਰ ਇੱਦਾਂ ਹੁੰਦੀ ਸੀਗੀ ਜਦੋਂ ਡੋਨਲ ਕੰਮ ਕਰਦੇ ਹੁੰਦੇ ਸੀ ਇੱਕ ਦੂਜੇ ਦੇ ਨਾਲ ਲੰਚ ਟਾਈਮ ਸਾਰੇ ਬਹਿ ਕੇ ਜਦੋਂ ਇੱਕ ਘੰਟੇ ਦੀ ਬ੍ਰੇਕ ਹੁੰਦੀ ਸੀ ਉੱਥੇ ਗੱਲਾਂ ਕਰਦੇ ਆਪਸ ਵਿੱਚ ਅਤੇ ਉਹ ਤੋਂ ਬਾਅਦ ਇੱਥੇ ਜਦੋਂ ਕੋਈ ਵਿਆਹ ਦੀ ਪਾਰਟੀ ਹੋਣੀ ਜਾਂ ਉੱਦਾਂ ਫਿਰ ਉਦੋਂ ਇਕੱਠੇ ਹੋ ਜਾਣਾ ਉਦੋਂ ਤੁਹਾਡੇ ਕੋਲ ਮੈਂ ਤੁਹਾਡੇ ਤੁਸੀਂ ਕੋਈ ਫੋਟੋਆਂ ਲੈ ਕੇ ਆਇਆ ਮੈਂ ਉਹਨਾਂ ਦੀ ਕਾਪੀ ਬਣਾ ਲਊਂਗੀ ਤੁਹਾਡੇ ਕੋਲ ਹੋਰ ਕੋਈ ਕਹਾਣੀਆਂ ਹੈਗੀਆਂ ਜਿਹੜੀਆਂ ਤੁਸੀਂ ਨਹੀਂ ਹੁਣੀ ਮੈਂਸ਼ਨ ਕੀਤੀ ਆ ਜਿਹੜੀਆਂ ਤੁਸੀਂ ਸਾਂਝੀਆਂ ਕਰਨਾ ਚਾਹੁੰਦੇ ਆ ਕਹਾਣੀਆਂ ਇੱਦਾਂ ਹੈਗੀਆਂ ਜਿਹੜਾ ਉਹ ਟਾਈਮ ਸੀਗਾ ਉਹ ਟਫ ਟਾਈਮ ਸੀ ਕੰਪੇਅਰਿੰਗ ਟੂ ਰਾਈਟ ਨਾਓ ਪਹਿਲਾਂ ਜਦੋਂ ਹੋਏ ਡੋਨਲ ਕੰਮ ਸਾਰੇ ਕਰਦੇ ਹੁੰਦੇ ਸੀ ਜਦੋਂ ਇਹ ਗੁਰਦੁਆਰਾ ਬਣਾਇਆ ਰਾਈਟ ਉਦੋਂ ਇਹ ਉੱਥੇ ਸੈਟਰਡੇ ਵਾਲੇ ਦਿਨ ਅਤੇ ਸੰਡੇ ਵਾਲੇ ਦਿਨ ਕੰਮ ਕੀਤਾ ਉਹ ਕੰਪਨੀ ਨੇ ਕਿਹਾ ਵੀ ਤੁਹਾਨੂੰ ਅਸੀਂ ਫਰੀ ਲੰਬਰ ਦੇਵਾਂਗੇ ਸੋ ਹਰ ਇੱਕ ਨੇ ਤਕਰੀਬਨ ਉੱਥੇ ਜਿੰਨੇ ਕੰਮ ਕਰਦੇ ਉਹਨਾਂ ਨੇ ਕੰਮ ਕੀਤਾ ਅਤੇ ਉਹ ਤੋਂ ਬਾਅਦ ਫਿਰ ਇਹ ਗੁਰਦੁਆਰਾ ਜਿੱਦਾਂ ਉੱਦਾਂ ਗ੍ਰਾਹੀਆਂ ਇਕੱਠੀਆਂ ਕਰਕੇ ਫਿਰ ਗੁਰਦੁਆਰਾ ਬਣਿਆ ਉਹ ਟਾਈਮ ਇੱਦਾਂ ਦਾ ਸੀਗਾ ਫਿਰ ਲੱਕੜੀ ਦਾ ਸਟੋਵ ਹੁੰਦਾ ਸੀ ਇੱਥੇ ਪਹਿਲਾਂ ਰੱਖਿਆ ਇਲੈਕਟ੍ਰਿਕ ਤਾਂ ਸੀਗੀ ਲੱਕੜੀ ਦਾ ਵੀ ਸਟੋਵ ਹੁੰਦਾ ਸੀ ਫਿਰ ਲੋਗਾਂ ਉੱਥੋਂ ਲੈ ਆਉਣੀਆਂ ਉੱਥੋਂ ਕੱਟ ਕੇ ਫਿਰ ਬਾਲਣੀਆਂ ਕਹਿਣਾ ਵੀ ਇਲੈਕਟ੍ਰਿਕ ਥੋੜ੍ਹੀ ਜਿਹੀ ਸੇਵ ਹੋ ਜਾਏ ਜਿੱਦਾਂ ਘਰਾਂ ਦੇ ਵਿੱਚ ਵੀ ਇੱਦਾਂ ਹੀ ਹੁੰਦੀ ਸੀ ਪਹਿਲਾਂ ਪਰ ਉੱਦਾਂ ਵੀ ਉਹ ਟਾਈਮ 'ਚ ਠੰਡ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਸੀਗੀ ਅਤੇ ਥੈਂਕ ਯੂ